पंजाब में बहुत वड्डी पद्धर उत्ते धार्मिक ग्रंथों की बेअदबी हुई, सारे धार्मिक ग्रंथों की बेअदबी हुई और सब तो वह बेअदबी जी गुरु ग्रंथ साहब की हुई। उस समय फायरिंग होंगी और फायरिंग के दो नौजवान शहीद हो जाते हैं, उस तो लैके हूँ तक दोनों केसों के कोई प्रोग्रेस नहीं हुई। अकाली दल ने उस समय जस्टिस जोरा सिंह कमीशन बनाया, कमीशन बन गया, कमीशन की रिपोर्ट लैन लई कोई ना अधिकारी आया, ना कोई मंत्री सामने आया, ना कोई पार्टी का नुमाइंदा सामने आया, ना सरकार का नुमाइंदा सामने आया। जस्टिस जोरा सिंह निराश होकर अपनी रिपोर्ट जी एक पी एन दे के वापस जाना पे। ये उस समय की सरकार का किरदार सीगा, उस समय की सरकार का काम करने का तरीका सीगा। सीबीआई तो केस वापस ले लिया, नवी सिट बन गई, सिट का एक अधिकारी, सिट का अधिकारी सिट के रूलों तो बाहर जाके पंजाब सरकार तो बाहर जाके उन्हें फिर सीबीआई लिखता कि सीबीआई जांच करे कैप्टन साहब ने उसके खिलाफ कोई कार्रवाई नहीं की। सिट के मैंबर के बच्चों कले कुंवर विजय प्रताप जी ने चलान पेश किया, दूजे मैंबर ने दस्तखत नहीं किए, ना सहमति प्रकट की, कैप्टन साहब ने उसके खिलाफ कोई कार्रवाई नहीं की। जी जजमेंट है वो गलत आई है, फिर हाईकोर्ट के डबल बेंच को क्यों नहीं चैलेंज की, अगवाई कैप्टन साहब कर रहे, चाहे वो लैंड माफिया का, चाहे वो सैंड माफिया का, चाहे वो ट्रांसपोर्ट माफिया का, चाहे वो शराब माफिया का, चाहे वो ड्रग माफिया का। गल ये है सर कि नवजोत सिंह सिद्धू आम आदमी पार्टी ज्वाइन कर सकते हैं कि नहीं। पंजाब का किसान जिहड़ा हैगा अज सबनों पता गा कि इन्हां द्वारा लिखे तीन काले कानूनों के करके अज धरनिया ते बैठा गा, चाहे अकाली दल की गल कर लिए, बीजेपी की गल कर लिए, कैप्टन साहब की गल कर लिए, कांग्रेस पार्टी की गल कर लिए। ये तिना पार्टिया ने किसान के काले कानून जो लिखे, किसान की मौत के ब्रंट लिखे, अच्छ किसान दुखी है। ਸਕਾਈ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਆਰ ਐਸ ਲਿਬਰੇਟ। ਸਿੱਟ ਦੀ ਰਿਪੋਰਟ ਖਾਰਜ ਹੋਣ ਤੋਂ ਬਾਅਦ ਅੰਦੋਲਨ ਤੋਂ ਇੱਕ ਹੋਰ ਸਿਆਸੀ ਚੌਸਰ ਫਿਸ ਗਈ ਹੈ। ਸਾਰੀਆਂ ਸਿਆਸੀ ਧਿਰਾਂ ਇਸ ਨੂੰ ਅਲੱਗ ਅਲੱਗ ਢੰਗ ਨਾਲ ਸਿਆਸਤ ਦੇ ਨਜ਼ਰੀਏ ਨਾਲ ਦੇਖ ਰਹੀਆਂ ਨੇ। ਕਾਂਗਰਸ ਦੇ ਵਿੱਚ ਇਸ ਸੰਬੰਧੀ ਬਹੁਤ ਵੱਡਾ ਬਵਾਲ ਆ ਗਿਆ, ਕਿਉਂਕਿ ਨਵਜੋਤ ਸਿੱਧੂ ਇਸ ਮਸਲੇ ਨੂੰ ਲੈ ਕੇ ਸਿੱਧਾ ਆਪਣੀ ਸਰਕਾਰ ਦੇ ਮੁਖੀ ਨੂੰ ਨਿਸ਼ਾਨੇ 'ਤੇ ਲੈ ਰਹੇ ਨੇ। ਇਹਨਾਂ ਕੁਝ ਗੱਲਾਂ ਲਈ ਜਾਣਨ ਲਈ ਵਿਰੋਧੀ ਧਿਰ ਦੇ ਆਗੂ ਸਰਦਾਰ ਹਰਪਾਲ ਸਿੰਘ ਚੀਮਾ ਜੀ ਸਾਡੇ ਨਾਲ ਨੇ। ਉਹਨਾਂ ਤੋਂ ਜਾਣਦੇ ਹਾਂ ਕਿ ਸਿਆਸਤ ਇਹ ਹੁਣ ਕਿਸ ਪਾਸੇ ਨੂੰ ਜਾਏਗੀ, 2022 ਤੱਕ ਇਹ ਕਿਹੜਾ ਰੰਗ ਲਏਗੀ, ਧਾਰਮਿਕ ਆ ਗਿਆ, ਕਿਸਾਨੀ ਅੰਦੋਲਨ ਆ ਗਿਆ, ਇਸ ਨੂੰ ਲੈ ਕੇ ਇਹ ਕਿਹੜੇ ਰੰਗ ਨਾਲ ਦੇਖਦੇ ਨੇ, ਆਓ ਇਹਨਾਂ ਨਾਲ ਗੱਲ ਕਰਦੇ ਹਾਂ। ਚੀਮਾ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਸ ਨਵੇਂ ਛਿੜੇ ਕਿਸਾਨ ਅੰਦੋਲਨ ਤੋਂ ਬਾਅਦ, ਸਿੱਟ ਤੋਂ ਬਾਅਦ ਵੀ ਸਿੱਟ ਨੂੰ ਬੜੇ ਬੜੇ ਨਵੇਂ ਨਵੇਂ ਢੰਗ ਨਾਲ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਲੈਣਾ ਸ਼ੁਰੂ ਕਰਤਾ, ਪ੍ਰਗਟ ਸਿੰਘ ਵੀ ਆ ਗਏ ਉਹਦੇ 'ਚ, ਫਿਰ ਆਪਣੇ ਸਿੱਧੂ ਸਾਹਿਬ ਤਾਂ ਪਹਿਲਾਂ ਹੈਗੀ ਹੈ, ਇਸ ਨੂੰ ਕਿਵੇਂ ਦੇਖਦੇ? ਦੇਖੋ, ਇਹ ਗੱਲ ਪੂਰਾ ਪੰਜਾਬ ਜਾਣਦਾ ਗਾ ਕਿ 2015 ਦੇ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੀ ਸਰਕਾਰ ਸੀ, ਦੋ ਪਾਰਟੀ ਦੀ ਸਾਂਝੀ ਸਰਕਾਰ ਪੰਜਾਬ ਵਿੱਚ ਕੰਮ ਕਰ ਰਹੀ ਸੀ ਔਰ ਪੰਜਾਬ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ, ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਔਰ ਸਭ ਤੋਂ ਵੱਧ ਬੇਅਦਬੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀ ਹੋਈ। ਔਰ ਸਭ ਨੂੰ ਪਤਾ, ਜਦੋਂ ਪੰਜਾਬ ਦੇ ਲੋਕਾਂ ਨੇ ਬਹਿਬਲ ਕਲਾਂ ਦੇ ਵਿੱਚ ਬੈਠ ਕੇ ਇਨਸਾਫ ਮੰਗਣ ਦੀ ਗੱਲ ਕੀਤੀ, ਬਰਗਾੜੀ ਦੇ ਵਿੱਚ ਜਿਹੜਾ ਹੈਗਾ ਉੱਥੇ ਮੋਰਚੇ ਲੱਗੇ, ਉਸ ਸਮੇਂ ਫਾਇਰਿੰਗ ਹੁੰਦੀ ਆ, ਫਾਇਰਿੰਗ ਦੇ ਵਿੱਚ ਦੋ ਨੌਜਵਾਨ ਸ਼ਹੀਦ ਹੋ ਜਾਂਦੇ ਨੇਗੇ, ਉਸ ਤੋਂ ਲੈ ਕੇ ਹੁਣ ਤੱਕ ਦੋਨਾਂ ਕੇਸਾਂ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ। ਅਕਾਲੀ ਦਲ ਨੇ ਉਸ ਸਮੇਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ, ਕਮਿਸ਼ਨ ਬਣ ਗਿਆ, ਕਮਿਸ਼ਨ ਦੀ ਰਿਪੋਰਟ ਲੈਣ ਲਈ ਕੋਈ ਨਾ ਅਧਿਕਾਰੀ ਆਇਆ, ਨਾ ਕੋਈ ਮੰਤਰੀ ਸਾਹਮਣੇ ਆਇਆ, ਨਾ ਕੋਈ ਪਾਰਟੀ ਦਾ ਨੁਮਾਇੰਦਾ ਸਾਹਮਣੇ ਆਇਆ, ਨਾ ਸਰਕਾਰ ਦਾ ਨੁਮਾਇੰਦਾ ਸਾਹਮਣੇ ਆਇਆ। ਜਸਟਿਸ ਜੋਰਾ ਸਿੰਘ ਨੂੰ ਨਿਰਾਸ਼ ਹੋ ਕੇ ਆਪਣੀ ਰਿਪੋਰਟ ਜਿਹੜੀ ਆ ਉਹ ਇੱਕ ਪੀ ਐਨ ਨੂੰ ਦੇ ਕੇ ਵਾਪਸ ਜਾਣਾ ਪਿਆ। ਇਹ ਉਸ ਸਮੇਂ ਦੀ ਸਰਕਾਰ ਦਾ ਕਿਰਦਾਰ ਸੀਗਾ, ਉਸ ਸਮੇਂ ਦੀ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਸੀ। ਔਰ ਉਸ ਸਮੇਂ ਪਹਿਲੀ ਸਿੱਟ ਬਣੀ, ਉਹਨੇ ਜਿਹੜਾ ਹੈਗਾ ਇਸ ਘਟਨਾ ਨੂੰ ਫੌਰਨ ਦਾ ਐਂਗਲ ਦੇਣ ਦੀ ਯਤਨ ਕੀਤਾ ਜੀ, ਜਿਹੜੀ ਉਸ ਸਮੇਂ ਬਣੀ ਸੀ ਕਮੇਟੀ ਸੋਤਾ ਸਾਹਿਬ ਦੀ, ਉਸ ਤੋਂ ਬਾਅਦ ਦੂਜੀ ਕਮੇਟੀ ਬਣੀ, ਉਹਨੇ ਕਦੇ ਫੌਰਨ ਦਾ ਹੱਥ ਹੋਣ ਦੀ ਗੱਲ ਕੀਤੀ, ਕਦੇ ਕਿਸੇ ਨਿੱਜੀ ਜਿਹੜਾ ਹੈਗਾ ਜੋੜਨ ਕਿਸੇ ਨਾਲ ਜੋੜਨ ਦੀ ਗੱਲ ਕੀਤੀ। ਉਸ ਤੋਂ ਬਾਅਦ ਜਿਹੜਾ ਸੀ ਬੀ ਕੋਲ ਕੇਸ ਚਲਿਆ ਗਿਆ, ਸੀ ਬੀ ਦੇ ਕੇਸ ਚੱਲਣ ਤੋਂ ਬਾਅਦ ਸਰਕਾਰ ਜਿਹੜੀ ਆ ਪੰਜਾਬ ਤਬਦੀਲ ਹੋ ਗਈ।
ਯਾਨੀ ਅਕਾਲੀ ਦਲ ਦੀ ਸਰਕਾਰ ਸਾਡੇ 2 ਸਾਲ ਪੰਜਾਬ ਵਿੱਚ ਕੁਛ ਨਹੀਂ ਹੋਇਆ, ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ, ਪੰਜਾਬ ਦੇ ਲੋਕ ਇਨਸਾਫ ਲਈ ਭੜਕਦੇ ਰਹੇ ਪਰ ਇਨਸਾਫ ਨਹੀਂ ਮਿਲਿਆ। ਕੈਪਟਨ ਸਾਹਿਬ ਨੇ 2017 ਦੀ ਇਲੈਕਸ਼ਨ ਵਿੱਚ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾਧੀ ਕਿ ਮੈਂ ਪੰਜਾਬ ਨੂੰ ਇਨਸਾਫ ਦੇਊਂਗਾ, ਚਾਹੇ ਉਹ ਨਸ਼ਿਆਂ ਦੀ ਗੱਲ ਸੀ, ਚਾਹੇ ਉਹ ਨਸ਼ਿਆਂ ਦੇ ਖਾਤਮੇ ਦੀ ਗੱਲ ਸੀ, ਚਾਹੇ ਬਹਿਬਲ ਕਲਾਂ ਬਰਗਾੜੀ ਦੀ ਕੋਈ ਘਟਨਾ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਸੀ। ਹਰ ਇੱਕ ਮਾਮਲੇ 'ਤੇ ਉਹਨਾਂ ਨੇ ਜਾ ਕੇ ਤਲਵੰਡੀ ਸਾਬੋ ਤੋਂ ਠੀਕ 35 ਕਿਲੋਮੀਟਰ ਦੂਰ ਖੜ੍ਹੇ ਹੋ ਕੇ ਕਸਮ ਖਾਧੀ ਪੰਜਾਬ ਦੇ ਲੋਕਾਂ ਦੇ ਸਾਹਮਣੇ। ਔਰ ਪੰਜਾਬ ਦੇ ਲੋਕਾਂ ਨੇ ਸੱਤਾ ਜਿਹੜੀ ਆ ਉਹ ਕੈਪਟਨ ਸਾਹਿਬ ਨੂੰ ਸੌਂਪੀ ਔਰ ਬਹੁਤ ਭਾਰੀ ਬਹੁਮਤ ਦੇ ਨਾਲ ਪੰਜਾਬ ਵਿੱਚ ਕੈਪਟਨ ਸਾਹਿਬ ਨੇ ਸਰਕਾਰ ਬਣਾਈ। ਸਰਕਾਰ ਬਣਾਉਣ ਤੋਂ ਬਾਅਦ ਅੱਜ 4 ਸਾਲ ਦਾ ਸਮਾਂ ਬੀਤ ਚੁੱਕਿਆ, 4 ਸਾਲ ਦੇ ਸਮੇਂ ਤੋਂ ਬਾਅਦ ਵੀ ਸੀਬੀਆਈ ਤੋਂ ਕੇਸ ਵਾਪਸ ਲੈ ਲਿਆ, ਨਵੀਂ ਸਿੱਟ ਬਣ ਗਈ। ਸਿੱਟ ਦਾ ਅਧਿਕਾਰੀ ਸਿੱਟ ਦੇ ਰੂਲਾਂ ਤੋਂ ਬਾਹਰ ਜਾ ਕੇ, ਪੰਜਾਬ ਸਰਕਾਰ ਤੋਂ ਬਾਹਰ ਜਾ ਕੇ ਉਹਨੇ ਫਿਰ ਸੀਬੀਆਈ ਨੂੰ ਲਿਖਤਾ ਕਿ ਸੀਬੀਆਈ ਜਾਂਚ ਕਰੇ। ਕੈਪਟਨ ਸਾਹਿਬ ਨੇ ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸਿੱਟ ਦੇ ਮੈਂਬਰਾਂ ਦੇ ਵਿੱਚੋਂ ਇਕੱਲੇ ਕੁੰਵਰ ਵਿਜੇ ਪ੍ਰਤਾਪ ਜੀ ਨੇ ਚਲਾਨ ਪੇਸ਼ ਕੀਤਾ, ਦੂਜੇ ਮੈਂਬਰਾਂ ਨੇ ਦਸਖਤ ਨਹੀਂ ਕੀਤੇ ਨਾ ਸਹਿਮਤੀ ਪ੍ਰਗਟ ਕੀਤੀ। ਕੈਪਟਨ ਸਾਹਿਬ ਨੇ ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਵਿੱਚੋਂ ਥੋੜ੍ਹਾ ਟੋਕਦਾ ਮੈਂ, ਸਿੱਟ ਦੇ ਮੁਖੀ ਦੇ ਇਹ ਸ਼ਰਿਆਮ ਇਤਰਾਜ਼ ਲੱਗੇ ਆ, ਮੀਡੀਆ 'ਚ ਉਹਨਾਂ ਨੇ ਸ਼ਰਿਆਮ ਬੋਲਿਆ ਕਿ ਸਾਡਾ ਐਡਵੋਕੇਟ ਜਨਰਲ ਪੇਸ਼ ਹੀ ਨਹੀਂ ਹੋਇਆ ਇੱਕ ਵਾਰੀ। ਮੈਂ ਉੱਥੇ ਹੀ ਆ ਰਿਹਾ ਸੀਗਾ ਜੀ। ਪਹਿਲਾਂ ਜਿਹੜੀ ਸਿੱਟ ਚੱਲ ਰਹੀ ਸੀਗੀ ਉਹਦੇ ਬਾਖੂਬੀ ਆਪਦਾ ਕੰਮ ਕਰਨ ਦਾ ਯਤਨ ਕੀਤਾ ਕੈਪਟਨ ਸਾਹਿਬ ਨੇ, ਕਿਉਂਕਿ ਕੈਪਟਨ ਸਾਹਿਬ ਦੀ ਬਹੁਤ ਪੁਰਾਣੀ ਯਾਰੀ, ਬਹੁਤ ਪੁਰਾਣਾ ਪਿਆਰ ਜਿਹੜਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ, ਇਹ ਬੱਚਾ ਬੱਚਾ ਅੱਜ ਪੰਜਾਬ ਦਾ ਜਾਣਦਾ ਹੈਗਾ। ਸੋ ਉਹਨਾਂ ਨੂੰ ਬਚਾਉਣ ਦੇ ਲਈ ਜਦੋਂ ਹਾਈਕੋਰਟ ਦੇ ਵਿੱਚ ਕੇਸ ਜਾਂਦਾ ਸੀਗਾ, ਚਾਹੇ ਕਿਸੇ ਦੀ ਜ਼ਮਾਨਤ ਦਾ ਕੇਸ ਜਾਂਦਾ ਸੀਗਾ ਜਾਂ ਕੋਈ ਸਟੇਅ ਦਾ ਕੇਸ ਜਾਂਦਾ ਸੀਗਾ, ਔਰ ਕੈਪਟਨ ਸਾਹਿਬ ਆਪਣੇ ਬੜੇ ਮੈਂ ਸਮਝਦਾ ਹੱਥ ਠੋਕ ਕੇ ਆਪਣੇ ਖਾਸਮ ਖਾਸ ਵਿਅਕਤੀ ਜਿਹੜਾ ਅਤੁਲ ਲੰਦਾ ਗਾ, ਜਿਹੜਾ ਪੰਜਾਬ ਦਾ ਐਡਵੋਕੇਟ ਜਨਰਲ ਆ, ਉਹਦੇ ਰਾਹੀਂ ਸਾਰੇ ਕੇਸਾਂ ਦੇ ਵਿੱਚ ਕਿਵੇਂ ਨਾ ਕਿਵੇਂ ਦੋਸ਼ੀਆਂ ਨੂੰ ਰਾਹਤ ਦਵਾਉਂਦੇ ਸੀਗੇ, ਚਾਹੇ ਉਹ ਸਟੇਅ ਦੀ ਗੱਲ ਸੀ, ਚਾਹੇ ਕਿਸੇ ਨੂੰ ਸਟੇਅ ਦਵਾਉਣੀ ਸੀ ਉਹਦੀ ਗੱਲ ਸੀ, ਚਾਹੇ ਕਿਸੇ ਨੂੰ ਜ਼ਮਾਨਤ ਦਵਾਉਣੀ ਸੀ ਉਹਦੀ ਗੱਲ ਸੀ। ਆਹ ਜਦੋਂ ਹੁਣ ਲਾਸਟ ਦੇ ਉੱਤੇ ਆ ਕੇ ਤਾਂ ਇਸ ਕੇਸ ਨੂੰ ਬੁਰੀ ਤਰ੍ਹਾਂ ਜਿਹੜਾ ਹੈਗਾ ਮਤਲਬ ਤਹਿਸ ਨਹਿਸ ਹੀ ਕਰ ਦਿੱਤਾ, ਔਰ ਕੇਸ ਜਿਹੜਾ ਹੈਗਾ ਪੰਜਾਬ ਸਰਕਾਰ ਕੈਪਟਨ ਸਾਹਿਬ ਦੇ ਐਡਵੋਕੇਟ ਜਨਰਲ ਬੁਰੀ ਤਰ੍ਹਾਂ ਇਸ ਕੇਸ ਜਿਹੜਾ ਹਾਈਕੋਰਟ 'ਚੋਂ ਹਾਰ ਗਏ, ਔਰ ਖੁਦ ਪੇਸ਼ ਨਹੀਂ ਹੋਏ, ਬਾਹਰੋਂ ਲਿਆ ਕੇ ਵਕੀਲ ਪੇਸ਼ ਕਰਦੇ ਰਹੇ, ਮਹਿੰਗੇ ਭਾਅ ਦੇ ਵਕੀਲ ਪੇਸ਼ ਹੋਏ ਪਰ ਰਿਜ਼ਲਟ ਜਿਹੜਾ ਹੈਗਾ 0 ਹੋਇਆ। ਇਹ ਸਾਰਾ ਕੁਛ ਸਿੱਧ ਕਰਦਾ ਗਾ, ਇਹ ਸਾਰਾ ਕੁਛ ਸਬੂਤ ਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਰਲੀ ਮਿਲੀ ਸਰਕਾਰ ਕੰਮ ਕਰ ਰਹੀ ਆ, ਜਿਹਦੇ ਮੁਖੀ ਹੁਣ ਕੈਪਟਨ ਸਾਹਿਬ ਨੇ। ਜਦੋਂ ਪੁਰਾਣੇ ਸਮੇਂ ਦੇ ਵਿੱਚ ਬਾਦਲ ਪਰਿਵਾਰ ਹੁੰਦਾ ਸੀਗਾ ਪਰ ਲੇਕਿਨ ਅੰਦਰੋਂ ਦੋਨੇ ਪਰਿਵਾਰ ਇੱਕ ਨੇਗੇ, ਬਿਲਕੁਲ ਪੰਜਾਬ ਨੂੰ ਇਨਸਾਫ ਨਹੀਂ ਦੇ ਰਹੇ। ਪਿਛਲੇ ਲਗਭਗ 20-25 ਸਾਲਾਂ ਤੋਂ ਪੰਜਾਬ ਦੀ ਸੱਤਾ ਦੇ ਉੱਤੇ 2 ਪਰਿਵਾਰ ਕਾਬਜ਼ ਨੇ, ਔਰ ਪੰਜਾਬ ਦਾ ਹਰ ਵਰਗ ਇਹਨਾਂ ਨੇ ਖਤਮ ਕੀਤਾ ਗਾ। ਜੇ ਆਪਾਂ ਗੱਲ ਕਰੀਏ ਵਪਾਰੀ ਵਰਗ ਦੀ, ਪੰਜਾਬ ਵਿੱਚ ਕੋਈ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ, ਸਾਰੇ ਪੰਜਾਬ 'ਚ ਇੰਡਸਟਰੀ ਲਾਉਣ ਤੋਂ ਭੱਜ ਰਹੇ ਨੇਗੇ। ਜੇਕਰ ਆਪਾਂ ਨੌਜਵਾਨਾਂ ਦੀ ਗੱਲ ਕਰੀਏ, ਪੰਜਾਬ ਵਿੱਚ ਰੁਜ਼ਗਾਰ ਕੋਈ ਨਾ ਦੀ ਚੀਜ਼ ਹੈ ਨਹੀਂ, ਪੰਜਾਬ ਦਾ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਭੱਜ ਰਿਹਾ। ਜੇਕਰ ਆਪਾਂ ਕਿਸਾਨੀ ਦੀ ਗੱਲ ਕਰੀਏ, ਪੰਜਾਬ ਦਾ ਕਿਸਾਨ ਜਿਹੜਾ ਹੈਗਾ ਅੱਜ ਸਭ ਨੂੰ ਪਤਾ ਗਾ ਕਿ ਇਹਨਾਂ ਦੁਆਰਾ ਲਿਖੇ 3 ਕਾਲੇ ਕਾਨੂੰਨਾਂ ਦੇ ਕਰਕੇ ਅੱਜ ਉਹ ਧਰਨਿਆਂ 'ਤੇ ਬੈਠਾ ਗਾ। ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ, ਬੀਜੇਪੀ ਦੀ ਗੱਲ ਕਰ ਲਈਏ, ਕੈਪਟਨ ਸਾਹਿਬ ਦੀ ਗੱਲ ਕਰ ਲਈਏ, ਕਾਂਗਰਸ ਪਾਰਟੀ ਦੀ ਗੱਲ ਕਰ ਲਈਏ, ਇਹ ਤਿੰਨਾਂ ਪਾਰਟੀਆਂ ਨੇ ਕਿਸਾਨ ਦੇ ਕਾਲੇ ਕਾਨੂੰਨ ਜਿਹੜੇ ਲਿਖੇ, ਕਿੰਨਾ ਕਿਸਾਨ ਦੀ ਮੌਤ ਦੇ ਬਰੰਟ ਲਿਖੇ, ਅੱਜ ਕਿਸਾਨ ਦੁਖੀ ਆ। ਪੰਜਾਬ ਦਾ ਦਲਿਤ ਵਰਗ ਜਿਹਦੀ ਆਬਾਦੀ ਮੈਂ ਸਮਝਦਾ 37% ਦੇ ਲਗਭਗ ਆ, ਅੱਜ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈਗਾ। ਨਾ ਉਹਨਾਂ ਨੂੰ ਬੁਢਾਪਾ ਪੈਨਸ਼ਨ ਮਿਲ ਰਹੀ ਆ, ਨਾ ਉਹਨਾਂ ਨੂੰ ਸ਼ਗਲ ਸਕੀਮ ਮਿਲ ਰਹੀ ਆ, ਨਾ ਉਹਨਾਂ ਨੂੰ 5 ਮਰਲੇ ਪਲਾਟ ਮਿਲੇ, ਨਾ ਉਹਨਾਂ ਦੇ ਬੱਚੇ ਅੱਛੀ ਪੜ੍ਹਾਈ ਕਰ ਰਹੇ ਨੇਗੇ। ਸਕਾਲਰਸ਼ਿਪ ਸਾਰਾ ਕੈਪਟਨ ਸਾਹਿਬ ਪਹਿਲਾਂ ਕੈਪਟਨ ਸਾਹਿਬ ਖਾ ਗਏ, ਹੁਣ ਉਸ ਤੋਂ ਪਹਿਲਾਂ ਕੱਲ੍ਹ ਬੀਜੇਪੀ ਨੇ ਖਾਧਾ। ਇਹ ਸਾਰੀਆਂ ਤਮਾਮ ਗੱਲਾਂ ਇਸ ਗੱਲ ਦਾ ਸੰਕੇਤ ਨੇਗੀਆਂ ਕਿ 2 ਪਰਿਵਾਰ ਜਿਹੜੇ ਹੈਗੇ ਨੇ ਉਹ ਪੰਜਾਬ ਵਿੱਚ ਮਿਲ ਕੇ ਰਾਜਨੀਤੀ ਕਰ ਰਹੇ ਨੇ, ਪੰਜਾਬ ਦੇ ਹਰ ਇੱਕ ਵਰਗ ਨੂੰ ਬੁਰੀ ਤਰ੍ਹਾਂ ਲੁੱਟ ਰਹੇ ਨੇ, ਕੁੱਟ ਰਹੇ ਨੇ, ਖਤਮ ਕਰ ਰਹੇ ਨੇ। ਚੀਮਾ ਸਾਹਿਬ, ਜਿੰਨੇ ਮਸਲੇ ਤੁਸੀਂ ਗਿਣਾਏ, ਆਪਾਂ ਪਹਿਲਾਂ ਸਿੱਟ ਵਾਲੇ ਮਸਲੇ ਨੂੰ ਥੋੜ੍ਹਾ ਜਿਹਾ ਕਲੀਅਰ ਕਰ ਲਈਏ। ਬੀਤੇ ਦਿਨੀ ਮੀਡੀਆ ਦੇ ਵਿੱਚ ਕੈਪਟਨ ਸਾਹਿਬ ਨੇ ਖੁਦ ਕਿਹਾ ਹੈ ਕਿ ਇਹ ਜਿਹੜੀ ਫੈਸਲਾ ਹੈ ਸਿੱਟ ਖਾਰਜ ਹੋਣ ਦਾ, ਜੱਜ ਨੇ ਜਿਹੜੇ ਕਿਸੇ ਸ਼ਾਹੀ ਪਰਿਵਾਰ ਦੇ ਸਿਆਸਤ ਦੇ ਪ੍ਰਭਾਵ ਹੇਠ ਦਿੱਤਾ, ਅਤੇ ਉਹ ਵੀ ਜੇ ਉਹਨਾਂ ਨੂੰ ਕੋਰਟ 'ਚ ਬੁਲਾਇਆ ਜਾਂਦਾ ਤਾਂ ਉਹ ਵੀ ਇਹੀ ਕਹਿਣਗੇ ਕਿ ਫੈਸਲਾ ਗਲਤ ਹੈ, ਜੱਜ ਨੇ ਪ੍ਰਭਾਵ ਹੇਠ ਦਿੱਤਾ। ਅਤੇ ਉਹਨਾਂ ਨੇ ਦੂਸਰੇ ਥੋੜ੍ਹੇ ਗੱਲ 'ਤੇ ਕਹੀ ਵੀ ਬਾਦਲ ਪਰਿਵਾਰ ਨੂੰ ਬਚਾਇਆ ਜਾ ਰਿਹਾ, ਉਹਨਾਂ ਨੇ ਕਿਹਾ ਕਿ ਇੱਕੇਦਮ ਤਾਂ ਕਿਸੇ ਨੂੰ ਅੰਦਰ ਨਹੀਂ ਕੀਤਾ ਜਾਂਦਾ ਬਿਨਾਂ ਸਬੂਤਾਂ ਤੋਂ, ਪਰ ਬਾਦਲ ਪਰਿਵਾਰ ਦਾ ਨਾਮ ਵੀ ਜ਼ਰੂਰ ਆਊਗਾ, ਗ੍ਰਿਫਤਾਰ ਵੀ ਹੋਣਗੇ। ਦੇਖੋ, 4 ਸਾਲ ਦਾ ਸਮਾਂ ਲੰਘ ਗਿਆ ਜੀ, 4 ਸਾਲ ਦਾ ਸਮਾਂ ਲੰਘ ਗਿਆ। 4 ਸਾਲ ਬਹੁਤ ਵੱਡਾ ਸਮਾਂ ਹੁੰਦਾ। 4 ਸਾਲਾਂ ਦੇ ਵਿੱਚ ਕੈਪਟਨ ਸਾਹਿਬ ਤੋਂ ਦੋਸ਼ੀਆਂ ਨੂੰ ਹੱਥ ਨਹੀਂ ਪਾਇਆ ਗਿਆ, ਪੰਜਾਬ ਦੇਖਦਾ, ਪੰਜਾਬ ਜਾਣਦਾ ਹੈਗਾ ਜੀ। ਜੇ ਆਪਾਂ ਪੁਰਾਣੇ ਪਿਛੋਕੜ ਚਲੇ ਜਾਈਏ, ਜਦੋਂ 2016 ਦੇ ਵਿੱਚ ਇਲੈਕਸ਼ਨ ਦਾ ਸਮਾਂ ਆ ਗਿਆ ਸੀਗਾ, ਤਾਂ ਜਿੰਨੇ ਕੇਸ ਕੈਪਟਨ ਸਾਹਿਬ ਦੇ ਉੱਤੇ ਦਰਜ ਹੋਏ ਸੀਗੇ, ਚਾਹੇ ਉਹ ਸਿਟੀ ਸਕੈਮ ਦੀ ਗੱਲ ਕਰ ਲਈਏ, ਚਾਹੇ ਇੰਪਰੂਵਮੈਂਟ ਟਰੱਸਟ ਦੇ ਕੇਸ ਦੀ ਗੱਲ ਕਰ ਲਈਏ, ਦੋਨੇ ਕੇਸਾਂ ਦੇ ਵਿੱਚੋਂ
ਬਾਦਲ ਪਰਿਵਾਰ ਜਾਂਦਾ ਜਾਂਦਾ ਕੈਪਟਨ ਸਾਹਿਬ ਨੂੰ ਕਲੀਨ ਚਿੱਟ ਦੇ ਕੇ ਗਿਆ ਸੀਗਾ। ਅੱਜ ਵੀ ਸਮਾਂ ਉਹੀ ਆ, ਅੱਜ ਵੀ ਸਾਲ 2021 ਆ, 2022 ਦੇ ਵਿੱਚ ਇਲੈਕਸ਼ਨ ਆ ਕਿ ਅੱਜ ਵੀ ਸਮਾਂ ਉਹੀ ਆ। ਅੱਜ ਕੈਪਟਨ ਸਾਹਿਬ ਬਿਲਕੁਲ ਕਲੀਨ ਚਿੱਟ ਦੇਣ ਜਾ ਰਹੇ ਨੇ ਕਿ ਬਿਲਕੁਲ ਬਚਾ ਰਹੇ ਨੇ ਕਿ ਤਾਂ ਕਿ ਕੋਈ ਨਾ ਕੋਈ ਜਿਹੜੀ ਕਾਨੂੰਨ ਦੀ ਜਿਹੜੀ ਆ ਚੋਰ ਬੋਰੀ ਆਪਾਂ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਉਹਦਾ ਕੋਈ ਨਾ ਕੋਈ ਹੱਲ ਲੱਭ ਕੇ ਕੈਪਟਨ ਸਾਹਿਬ ਸੋਰੀ ਪ੍ਰਕਾਸ਼ ਸਿੰਘ ਬਾਦਲ ਕੋਈ ਨਾ ਕੋਈ ਸਹਾਰਾ ਲੈ ਕੇ ਵੱਧ ਜਾਣ। ਜੇਕਰ ਕੈਪਟਨ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਜੱਜਮੈਂਟ ਆ ਉਹ ਗਲਤ ਆਈ ਆ, ਫਿਰ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਕੋਲ ਕਿਉਂ ਨਹੀਂ ਚੈਲੇਂਜ ਕੀਤੀ, ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਚੈਲੇਂਜ ਕੀਤੀ, ਕਿੰਨੇ ਦਿਨ ਹੋ ਗਏ, ਕਿਉਂ ਉਹਨਾਂ ਨੇ ਪਹਿਲੇ ਐਲਾਨ ਤਾਂ ਕੀਤਾ ਸੀ, ਉਹਨਾਂ ਨੇ ਐਲਾਨ ਤਾਂ ਕੀਤਾ ਸੀ, ਕਿਉਂ ਕਰ ਰਹੇ ਨੇ ਸਮਾਂ ਬਰਬਾਦ, ਕਿਉਂ ਕਰ ਰਹੇ ਸਮਾਂ ਬਰਬਾਦ ਤਾਂ ਕਰ ਰਹੇ ਨੇ ਕਿ ਕੈਪਟਨ ਸਾਹਿਬ ਨੂੰ ਪਤਾ ਹੈਗਾ ਕਿ ਮੈਂ ਜਾਂਦੇ ਜਾਂਦੇ ਸਿਰ ਬਾਦਲ ਪਰਿਵਾਰ ਨੂੰ ਬਚਾਉਣਾ, ਕਿਉਂ ਬਚਾਉਣ ਦੇ ਤਹਿਤ ਜਿਹੜਾ ਹੈਗਾ ਸਮਾਂ ਬਰਬਾਦ ਹੋ ਰਿਹਾ। ਚਲੋ ਦੂਸਰੀ ਗੱਲ ਕਰਦੇ ਹਾਂ ਕਿ ਕਿਸਾਨ ਅੰਦੋਲਨ, ਕਿਸਾਨ ਅੰਦੋਲਨ ਨੂੰ ਤੁਸੀਂ ਕਿਵੇਂ ਦੇਖਦੇ ਹੋ, ਹਰੇਕ ਸਿਆਸੀ ਧਿਰ ਇਸ ਨੂੰ ਕਿਵੇਂ ਕਿਵੇਂ ਲੈਣਾ ਚਾਹੁੰਦੀ ਹੈ, ਜਿਵੇਂ ਕਿ ਮੈਂ ਪਿਛਲੇ ਦਿਨੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀਗਾ ਕਿ ਇੱਥੋਂ ਕੁਛ ਲੀਡਰ ਨਿਕਲਣਗੇ ਅਤੇ ਕੁਛ ਅਜਿਹੀਆਂ ਪਾਰਟੀਆਂ ਜੁਆਇਨ ਕਰ ਸਕਦੇ ਜਿਸ ਕਰਕੇ ਉਹ ਨਵਾਂ ਰੰਗ ਦੇ ਰਹੇ ਨੇ। ਨਵਜੋਤ ਸਿੰਘ ਸਿੱਧੂ ਇਹ ਪ੍ਰਕਰਨ ਨੂੰ ਇਸ ਹਿਸਾਬ ਨਾਲ ਦੇਖ ਰਿਹਾ ਹੈ, ਕਿਉਂਕਿ ਗੱਲ ਆਈ ਹੈ ਕਿ ਰਾਜੇਵਾਲ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਗੱਲਬਾਤ ਹੋ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਸ਼ਾਮਿਲ ਹੋਣਗੇ, ਕੈਪਟਨ ਸਾਹਿਬ ਨੇ ਸਿੱਧਾ ਕਿਹਾ ਅਤੇ ਦੂਸਰੇ ਤੋਂ ਵੀ ਦੋਸ਼ ਲੱਗ ਰਿਹਾ, ਕੀ ਤੁਸੀਂ ਇਹ ਕਲੀਅਰ ਕਰੋਗੇ? ਦੇਖੋ ਕਿ ਕੋਈ ਸੰਭਾਵਨਾ ਹੈ, ਕਿਸਾਨ ਅੰਦੋਲਨ ਜਿਹੜਾ ਹੈਗਾ ਉਹਨੂੰ ਮੈਂ ਸਮਝਦਾ ਸਾਨੂੰ ਰਾਜਨੀਤਿਕ ਚਸ਼ਮੇ ਰਾਹੀਂ ਨਹੀਂ ਦੇਖਣਾ ਚਾਹੀਦਾ, ਕਿਸਾਨ ਅੰਦੋਲਨ ਨੂੰ ਕਿਸੇ ਸਿਆਸੀ ਨਜ਼ਰੀ ਤੋਂ ਨਹੀਂ ਦੇਖਣਾ ਚਾਹੀਦਾ। ਕਿਸਾਨ ਅੰਦੋਲਨ ਮੇਰਾ ਕਿਸਾਨ ਅੰਦੋਲਨ ਆ, ਬਿਲਕੁਲ ਕਿਸਾਨੀ ਨੂੰ ਸਮਰਪਿਤ ਅੰਦੋਲਨ ਹੈਗਾ। ਕਿਸਾਨਾਂ ਨੇ, ਕਿਸਾਨਾਂ ਦੇ ਜਥੇਬੰਦੀਆਂ ਨੇ ਬੜਾ ਸਪੱਸ਼ਟ ਕੀਤਾ ਹੈਗਾ ਕਿ ਸਾਡੇ ਵਿਚਕਾਰ ਕੋਈ ਪੋਲੀਟੀਕਲ ਆਦਮੀ ਆਪਣੀ ਪਾਰਟੀ ਦੀ ਗੱਲ ਨਹੀਂ ਰੱਖ ਸਕਦਾ, ਬੜਾ ਸਪੱਸ਼ਟ ਉਹਨਾਂ ਨੇ ਕੀਤਾ ਹੈਗਾ। ਨਹੀਂ, ਮੈਂ ਵਿੱਚ ਥੋੜ੍ਹਾ ਜਿਹਾ ਟੋਕਣਾ ਚਾਹੂੰਗਾ ਤੁਹਾਨੂੰ, ਉਹ ਇਹ ਸੀ ਕਿਉਂਕਿ ਜੇ ਆਪਾਂ ਮੰਨੀਏ ਤਾਂ ਇੱਕ ਪ੍ਰਭਾਵ ਇਹ ਜਾਂਦਾ ਕਿ ਜਿਹੜੀ ਆਪਣੀ ਪਾਰਟੀ ਦਾ ਆਧਾਰ ਵੀ ਅੰਦੋਲਨ। ਮੈਂ ਕੰਪਲੀਟ ਕਰ ਲੈਂਦਾ, ਮੈਂ ਤਾਂ ਹੀ ਜੀ। ਸੋ ਕਿਸਾਨ ਜਿਹੜਾ ਬੜੇ ਅੱਛੇ ਤਰੀਕੇ ਨਾਲ ਸੰਘਰਸ਼ ਕਰ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਪਤਾ ਹੈਗਾ ਕਿ ਅਕਾਲੀ ਦਲ, ਬਾਦਲ ਅਤੇ ਬੀਜੇਪੀ ਨੇ ਸਿੱਧੇ ਤੌਰ 'ਤੇ ਮੌਤ ਦੇ, ਕਿਸਾਨ ਦੀ ਮੌਤ ਦੇ ਬਰੰਟ 'ਤੇ ਦਸਤਖਤ ਕੀਤੇ ਨੇ ਕਿ ਉਹ ਅਕਾਲੀ ਦਲ ਬੀਜੇਪੀ ਆ, ਔਰ ਸੈਕਿੰਡ ਨੰਬਰ 'ਤੇ ਜਿਹੜਾ ਹੈਗਾ ਕੈਪਟਨ ਸਾਹਿਬ ਨੇ। ਕੈਪਟਨ ਸਾਹਿਬ ਨੇ ਜਦੋਂ ਹਾਈ ਪਾਵਰ ਕਮੇਟੀ ਬਣੀ, ਜਦੋਂ ਕਿਸਾਨਾਂ ਦੇ ਜਿਹੜੀ ਆ ਕਿਸਾਨੇ ਜਿਹੜੇ ਬਿੱਲ ਨੇਗੇ, ਲਾਅ ਨੇਗੇ, ਉਹਨਾਂ ਨੂੰ ਸੋਧ ਕਰਨ ਦੀ ਗੱਲ ਚੱਲੀ ਤਾਂ ਕੈਪਟਨ ਸਾਹਿਬ ਨੇ ਖੁਦ ਲੈਟਰ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਪੰਜਾਬ ਜਿਹੜਾ ਹੈਗਾ ਖੇਤੀਬਾੜੀ ਸੂਬਾ ਗਾ, ਮੈਨੂੰ ਇਸ ਖੇ ਜਿਹੜੀ ਕਮੇਟੀ ਬਣੀ ਆ, ਹਾਈ ਪਾਵਰ ਕਮੇਟੀ ਬਣੀ ਆ, ਮੈਨੂੰ ਮੈਂਬਰ ਬਣਾਓ। ਔਰ ਕੈਪਟਨ ਸਾਹਿਬ ਸੱਤਵੇਂ ਨੰਬਰ 'ਤੇ ਉਸਦੀ ਕਮੇਟੀ ਦੇ ਮੈਂਬਰ ਬਣੇ, ਪਰ ਲੇਕਿਨ ਅਫਸੋਸ ਕੈਪਟਨ ਸਾਹਿਬ ਮੈਂਬਰ ਜ਼ਰੂਰ ਬਣ ਗਏ। ਉਹਨਾਂ ਦੇ ਦੱਸਣ ਮੁਤਾਬਕ ਕੈਪਟਨ ਸਾਹਿਬ ਮੀਟਿੰਗ 'ਚ ਨਹੀਂ ਗਏ, ਪਹਿਲੀ ਮੀਟਿੰਗ 'ਚ ਕੈਪਟਨ ਸਾਹਿਬ ਨਹੀਂ ਗਏ, ਦੂਜੀ ਮੀਟਿੰਗ 'ਚ ਮਨਪ੍ਰੀਤ ਸਿੰਘ ਬਾਦਲ ਗਿਆ, ਤੀਜੀ ਮੀਟਿੰਗ ਦੇ ਵਿੱਚ ਕਹਨ ਸਿੰਘ ਪੰਨੂ ਗਿਆ, ਔਰ ਤਿੰਨ ਵੱਡੇ ਬੰਦੇ ਪੰਜਾਬ ਦੇ, ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਿਤ ਉਸ ਮੀਟਿੰਗ 'ਚ ਗਏ। ਇਹਨਾਂ ਨੇ ਆ ਕੇ ਉਸ ਸਮੇਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਅਗਾਹ ਕੀਤਾ, ਕਿਉਂ ਨਹੀਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਭਾਈ ਆ ਬਿੱਲ ਆ ਰਹੇ ਨੇ, ਤੁਹਾਡੀ ਮੌਤ ਦੇ ਬਰੰਟ ਨੇਗੇ। ਇਹ ਸਾਰੇ ਜਿਹੜੇ ਹੈਗੇ ਨੇ ਦੋਸ਼ੀ ਨੇ, ਚਾਹੇ ਉਹ ਕਾਂਗਰਸ ਪਾਰਟੀ ਆ, ਚਾਹੇ ਉਹ ਅਕਾਲੀ ਦਲ ਆ, ਚਾਹੇ ਉਹ ਬੀਜੇਪੀ ਆ, ਦੋਸ਼ੀ ਨੇਗੀਆਂ। ਜਦੋਂ ਮੈਂ ਸਮਝਦਾ 2022 ਦੇ ਇਲੈਕਸ਼ਨ ਆਉਣਗੀਆਂ, ਪੰਜਾਬ ਦੇ ਲੋਕ ਇਹਨਾਂ ਨੂੰ ਬਿਲਕੁਲ ਧੋ ਸੁੱਟਣਗੇ। ਪੰਜਾਬ ਵਿੱਚ ਲੋਕਾਂ ਦੀ ਜਿਹੜੀਆਂ, ਚਾਹੇ ਕਾਂਗਰਸ ਆ, ਚਾਹੇ ਬੀਜੇਪੀ ਆ, ਚਾਹੇ ਅਕਾਲੀ ਦਲ ਆ, ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ, ਤੁਸੀਂ ਦੇਖ ਲਿਓ। ਆਉਣ ਵਾਲਾ ਸਮਾਂ ਸੰਕੇਤ ਦੇ ਰਿਹਾ, ਅਸੀਂ ਪੂਰੇ ਪੰਜਾਬ ਜਾਂਦੇ ਹਾਂ, ਪੂਰੇ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹ ਉਤਪਾਤ ਆ। ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, 4 ਸਾਲ ਕੈਪਟਨ ਸਾਹਿਬ ਦੀ ਸਰਕਾਰ ਰਹੀ, ਪੰਜਾਬ ਖੁਦਕੁਸ਼ੀਆਂ ਦੇ ਰਾਹ 'ਤੇ ਤੁਰ ਰਿਹਾ ਹੈਗਾ, ਪੰਜਾਬ ਦੇ ਕਿਸਾਨ 'ਤੇ ਕਰਜ਼ਾ ਚੜ੍ਹ ਰਿਹਾ ਹੈਗਾ, ਪੰਜਾਬ ਦਾ ਨੌਜਵਾਨ ਪੰਜਾਬ 'ਚ ਰਹਿਣਾ ਨਹੀਂ ਚਾਹੁੰਦਾ। ਮੇਰਾ ਕਹਿਣ ਦਾ ਭਾਵ ਆ, ਕਿਸਾਨੀ ਨਾਲ ਜੁੜੇ ਮੁੱਦੇ ਨੇਗੇ, ਪੰਜਾਬ ਦੇ ਕਿਸਾਨਾਂ ਨੂੰ ਪਤਾ ਹੈਗਾ ਕਿ ਸਾਨੂੰ ਜੇਕਰ ਮਾਰਨ ਲਈ ਮਜਬੂਰ ਕਰ ਰਿਹਾ ਤਾਂ ਕੈਪਟਨ ਦਾ, ਜੇਕਰ ਅਸੀਂ ਮਰਨ ਲਈ ਮਜਬੂਰ ਹੋ ਰਹੇ ਤਾਂ ਪ੍ਰਕਾਸ਼ ਸਿੰਘ ਬਾਦਲ ਹੈਗਾ। ਸੋ ਮੈਂ ਸਮਝਦਾ ਕਿਸਾਨ ਅੰਦੋਲਨ ਆ, ਆਪਾਂ ਇਹਨੂੰ ਕਿਸਾਨ ਅੰਦੋਲਨ ਦੇ ਰਹਿਣ ਦਈਏ, ਆਪਾਂ ਇਹਨੂੰ ਕਿਸੇ ਰਾਜਨੀਤਿਕ ਚਸਵੇ ਤੋਂ ਨਾ ਦੇਖੀਏ। ਨਹੀਂ, ਇਹ ਗੱਲਾਂ ਤਾਂ ਚਰਚਾ ਤਾਂ ਹੈਗੀ ਹੈ ਜੀ, ਮੇ ਬੀ ਕੋਈ ਨਾ ਕੋਈ ਉੱਥੇ ਲੀਡਰ। ਚਲੋ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ। ਹਾਂ, ਨਵਜੋਤ ਸਿੰਘ ਸਿੱਧੂ, ਮੈਂ ਸਮਝਦਾ ਜਿਹੜੀਆਂ ਗੱਲਾਂ ਪਿਛਲੇ ਲਗਭਗ 4 ਸਾਲਾਂ ਤੋਂ ਆਮ ਆਦਮੀ ਪਾਰਟੀ ਜਿਸ ਦਿਨ ਦੀ ਪੰਜਾਬ ਦੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਵਿੱਚ ਆਈ ਆ, ਉਸ ਦਿਨ ਤੋਂ 4 ਸਾਲਾਂ ਤੋਂ ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਜਿਹੜਾ ਮਾਫੀਆ ਰਾਜ ਸੁਖਬੀਰ ਸਿੰਘ ਬਾਦਲ ਨੇ ਪੈਦਾ ਕੀਤਾ ਸੀਗਾ, ਜੋ ਮਾਫੀਆ ਰਾਜ ਸੁਖਬੀਰ ਸਿੰਘ ਬਾਦਲ ਚਲਾਉਂਦਾ ਸੀਗਾ, ਅੱਜ ਉਸ ਮਾਫੀਆ ਰਾਜ ਦੀ ਅਗਵਾਈ ਕੈਪਟਨ ਸਾਹਿਬ ਕਰ ਰਿਹਾ, ਚਾਹੇ ਉਹ ਲੈਂਡ ਮਾਫੀਆ ਗਾ, ਚਾਹੇ ਉਹ ਸੈਂਡ ਮਾਫੀਆ ਗਾ, ਚਾਹੇ ਉਹ ਟਰਾਂਸਪੋਰਟ ਮਾਫੀਆ ਗਾ, ਚਾਹੇ ਉਹ ਸ਼ਰਾਬ ਮਾਫੀਆ ਗਾ, ਚਾਹੇ ਉਹ ਡਰੱਗ ਮਾਫੀਆ ਗਾ। ਗੱਲ ਸਿੱਧੂ ਸਾਹਿਬ ਦੀ, ਮੈਨੂੰ ਇੱਕ ਵਾਰ ਕੰਪਲੀਟ ਜੀ ਜੀ, ਸਾਰੇ ਮਾਫੀਆ ਅੱਜ ਮੈਂ ਸਮਝਦਾ ਕੈਪਟਨ ਸਾਹਿਬ ਚਲਾ ਰਹੇ ਨੇਗੇ। ਅੱਜ ਪੰਜਾਬ ਦੇ ਨੌਜਵਾਨ ਨੂੰ ਗੱਲ ਕੀਤੀ ਸੀਗੀ ਕਿ ਘੰਟਾ ਰੁਜ਼ਗਾਰ ਦੇਵਾਂਗੇ, ਕੀ ਉਹ ਮਿਲ ਗਿਆ? ਕੈਪਟਨ ਸਾਹਿਬ ਨੇ ਗੱਲ ਕੀਤੀ ਸੀ ਪੰਜਾਬ ਦੇ ਕਿਸਾਨ ਨੂੰ, ਕਿਸਾਨੀ ਕਰਜ਼ੇ ਦੀ ਮਾਫੀ ਦੀ, ਕੀ ਉਹ ਕਿਸਾਨ ਦਾ ਕਰਜ਼ਾ ਮਾਫ ਹੋ ਗਿਆ? ਕੀ ਪੰਜਾਬ ਦੇ ਦਲਿਤਾਂ ਨੂੰ ਰਾਹਤ ਮਿਲ ਗਈ? ਕਿ ਪੰਜਾਬ 'ਚ ਸਸਤੀ ਬਿਜਲੀ ਹੋ ਗਈ? ਪੰਜਾਬ 'ਚ ਬਦਲਿਆ ਕੀ ਆ? ਸੋ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਕਹਿੰਦੀ ਸੀ, ਉਹਨਾਂ ਸਾਰੀਆਂ
नवजोत सिंह सिद्धू कर रहा उन्होंने सारी गल की पुष्टि, प्रगट सिंह कर रहा उन्होंने सारी गल की पुष्टि, होर बहुत सारे पंजाब के लोग कर रहे हैं कि पंजाब को बचाने वाले लोग कर रहे। गल है सर कि नवजोत सिंह सिद्धू आम आदमी पार्टी ज्वाइन कर सकते हैं कि नहीं, क्योंकि राघव चड्ढा जी पिछले दिन ही आए थे, उन्होंने कहा कि जेड़ा भी असी पंजाब का जो चोन लड़ांगे सीएम का चेहरा जेड़ा होगा सरदार होगा, सारे जान पछाण हो गए, किसी ज पछाण का मुहताज नहीं होगा। तो क्या सराइया लाइया जा रही जेड़ा हुण बने समीकरण उहदे च भी सिद्धू साहब हो सकते? देखो बड़ा स्पष्ट आ कि आम आदमी पार्टी उन्होंने सारे लोगों का जिहड़े पंजाब नूं बचाउणा चाहुंदे ने, पंजाब नाल खड़ना चाहुंदे ने, पंजाब दे इन्हां दुखां दर्दां दा हल करना चाहुंदे ने, कि आम आदमी पार्टी नूं सब दा स्वागत करदी आ। आम आदमी पार्टी बिल्कुल उन्हां लोकां नूं जिहड़ा हैगा असीं सद्दा दिंदे आ कि आओ एक प्लेटफार्म ते इकट्ठे हो के ये तीन राजनीतिक पार्टियां जिहड़े ने पंजाब नूं बर्बाद किया, ये जिहड़े चंद क परिवार नेगे बादल परिवार कैप्टन परिवार दो तीन होर परिवार तुरे फिरदे नेगे, इन्हां परिवारां दा राजनीतिक सीन तों खात्मा करिए और पंजाब नूं तंदुरुस्त बनाइए। चलो कहण दा मतलब सीधे रूप ते तुसीं ये कहा भी जे सिद्धू साहब आना चाहुण तां मेबी आम आदमी पार्टी स्वागत करेगी। बिल्कुल स्वागत करेगी जी, क्या बात है, ये तो तुसी वाकई कमाल करती, उन्हां दी गल सही होगी। कैप्टन साहब कह रहे सी कि पिछले तीन चार समय तो ये केजरीवाल साहब नाल दी कई मीटिंगां हो चुकियां ने, ते मैं भी हुण आखरी पड़ा ते काम हजे साडी उन्हां नाल सिद्धू साहब नाल ऑफिशियली ना अनऑफिशियली मीटिंग कोई नहीं हुई हैगी जी, पर लेकिन मैं समझना जो अज हालात बने हुए ने कि जेकर आउणगे तां स्वागत करांगे, बिल्कुल असीं अच्छे बंदे नूं लैणा चाहुंदे हैगे, असीं तां कहिंदे कि आओ अच्छे बंदे इकट्ठे हो के पंजाब विचों इन्हां भ्रिष्टाचारियों का खात्मा करिए। तुसीं भी जाणदे हो जे पंजाब किस दलदल च फसिया होया है, किसी समय पंजाब सोने की चिड़ी हुंदा सीगा, अज की हालात आ पंजाब ते, अज पंजाब ते पौने 3 लाख करोड़ का कर्जा हो गया, अज पंजाब का किसान कर्जई हो गया, अज पंजाब ते इंडस्ट्री कोई खड़न जी लाउण नूं तैयार नहीं, अज पंजाब का दलद जिहड़ा हैगा वह पढ़ाई पिछों खत्म हो गया, अज लोग दवाई नूं पंजाब च तरस रहे ने, चलो पंजाब च माफिया ने पैर पसार ले। चलो आपां सियासत दी जदों गल होगी मुद्दियां दी गल स्टार्ट हो ही गई, तां फिर आपां देखिए भी 2022 दीआं चोणां दे विच आम आदमी पार्टी दे की एजेंडे रहिणगे, जिहड़ियां कमियां तुसीं गणाईयां ने कैप्टन सरकार दीआं, तुसीं नवां की करोगे? देखो अज जिहड़े मुख मुद्दे 2017 दे वो सारे मुद्दे उत्थे ही खड़े ने, एक भी मुद्दे का कोई हल कैप्टन साहब ने नहीं किया, कांग्रेस पार्टी की सरकार ने नहीं किया, ये बड़ा स्पष्ट दिखाई दे रहा है। सो जिते ये मुद्दे रहेंगे उत्थे सब तो पहला मैं समझा पंजाब में फैली जिहड़ी आ बेरोजगारी बहुत वड्डी पद्धर ते पंजाब में फैली जी, पंजाब पंजाब का खजाना खाली है, पंजाब का एजुकेशन सिस्टम जिहड़ा हैगा वो तहस नहस होया पियागा, पंजाब का हैल्थ सैक्टर वो आप खुद बीमार होया पियागा, पंजाब ना कोई इंडस्ट्री आ रही है, ना पंजाब जिहड़ा है करप्शन खत्म हो रही है, इन्हां सारियां गल्लां नूं खत्म करके पंजाब का पंजाब नूं बेहतर पंजाब बनावांगे, और जिहड़ा आम आदमी पार्टी का एजेंडा गा कम का एजेंडा गा जिहड़ा वर्क का एजेंडा गा कि असीं कम करते हैं असीं वर्क करते हैं, उस मॉडल नूं उस दिल्ली के मॉडल नूं हू बू पंजाब च लागू करांगे, चाहे वह एजुकेशन के खेत्र के विच आ, चाहे वह हैल्थ के खेत्र के विच आ, चाहे वह ट्रांसपोर्टेशन के खेत्र के विच आ, चाहे वह मैं समझा करप्शन फ्री स्टेट की गल आ, चाहे माफिया राज के खात्मे की गल आ, आम आदमी पार्टी दी प्रायोरिटी च रहणगी। चलो दिल्ली मॉडल की गल, दिल्ली मॉडल की आम आदमी पार्टी हमेशा ही अक्सर ही ये गल करती है, जिमें कि भाजपा गुजरात मॉडल की गल करती होंगी सी। मैं चाहना कि देखो दिल्ली मॉडल हो गया, फिर तुहाडा किसान अंदोलन हो गया, उहदे मुद्दे हो गए, फिर तीसरा सिट वाला मामला आ गया, ये तो तीन मुद्दे भखवें है ही है, थोड़ा एक वक्री चीज़ कि दोगे तुम, ये तो चर्चा च हैगी हैगी, तो हरेक पार्टी चर्चा कर रही है। देखो वक्री चीज़ यह कि अब पंजाब का जो नौजवान आ पंजाब का जंपल आ वो पंजाब रहना पसंद नहीं कर रहा, वो पंजाब को छड़ रहा है, सो क्यों छड़ रहा, क्योंकि पंजाब ना तो कोई अच्छा रूल हो रहा, ना कोई अच्छी राज सरकार राज कर रही है, सारी करप्ट सिस्टम पंजाब बनया है, और ये सारे सिस्टम ठीक करके तंदुरुस्त बना के पंजाब के नौजवान इस पंजाब के रुजगार देवे, इस पंजाब इंडस्ट्री लैके आवेंगे, इस पंजाब रुजगार के साधन पैदा करा, जिहड़ा जिहड़ा अज चंद क परिवार पंजाब लुट रहे हैं, कि उन्होंने सारिया चीज़ों के कारपोरेशन बनावे, चाहे वह मैं समझा शराब की कारपोरेशन, चाहे वह रेते की कारपोरेशन, चाहे वह बिजली की कारपोरेशन, सारिया कारपोरेशन बना के पंजाब में एक अच्छा जिहड़ा पंजाब बना के सा कि पंजाब का नौजवान पंजाब चले। चलो थोड़ा कहने का मतलब कि नौजवान वर्ग में हर खेत्र अगे किया जाऊगा, की तुम समझते हो भी है कि जे विधानसभा चोणों च किन्ने नौजवान तुहाडे उम्मीदवार हो सकते हैं? देखो 2017 दे विच पंजाब विच आम आदमी पार्टी लगभग 70% लगभग 70% नौजवान जिहड़े हैगे ने ओह पंजाब दी विधानसभा दीआं टिकटां दे के नवाजे सीगे, और जिन्नी साडी जिहड़ी आ लीडरशिप आ पंजाब दी सारी यंग आ, आम आदमी पार्टी दे नौजवान मुंडे कुड़ियां दी पार्टी आ, आम आदमी पार्टी दा प्रधान साडा 50 साल तों थल्ले आ, पंजाब का प्रधान सरदार भगवंत सिंह मान उहदी उम्र 50 साल तो थले है, साडी उम्र 50 साल तो थले है, ये सारे साढ़े देखो किवें मीत हेयर जी यंग नौजवान मुंडा गा
रुपिंदर कौर रूबी जी, सरबजीत कौर जी, बलजिंदर कौर जी, कुलवंत सिंह जी, मनजीत सिंह जी, रोहित, चलो यानी पहला 70% मैं कहना जिन्ने साडे विधायक ने हुण तक सारे यंगस्टर ने, यंग ने, यानी यंग ने, असीं तां बिल्कुल यंगस्टर नूं अगे लैके आवांगे क्योंकि यंगस्टर दे विच इक जज्बा हुंदा गा, यंगस्टर दे विच नवीं सोच हुंदी है, यानी कि तुहाडी जे सरकार आउंदी है, जे तुहाडी जिहड़ा हैगा फैसले लैण दे उहदे च हुंदे ने, उह सानूं अगे लैके आवांगे, तुहाडी जे सरकार आउंदी है मन्निया जावे कि इह पंजाब दी वागडोर ते नौजवान दे हत्थ होगी, बिल्कुल नौजवानों के हाथ होगी, बिल्कुल नौजवानों के हाथ हो, नौजवान विधायक बनेंगे, नौजवान नवे कानून बनाएंगे, नौजवान जिहड़ा हैगा आ जिहड़ियां बार बार गिणिया रहे चीज़ा इन्हां सारियां नूं दुरुस्त करनगे, इन्हां ऑर्डर करनगे, इन्हां ऑर्डर करके स्टेट नूं चलाउणगे, स्टेट चलूगा, स्टेट फिर एक बार मैं समझदा हिंदुस्तान का ताज बनूगा, पंजाब जिहड़ा हैगा एक नंबर का सूबा बन के देश के लोगों नूं अगवाई करूगा। कहण दा मतलब कि जो तुसीं परिवारवाद भी खत्म करोगे तो एक समाजवाद की नवीं गल चलूगी। बिल्कुल परिवारवाद के खिलाफ आम आदमी पार्टी, डट के परिवारवाद के खिलाफ आ, आम आदमी पार्टी बिल्कुल परिवारवाद को प्रमोट नहीं करती, असी तो साडे नौजवानों को प्रमोट करते हैं, असी तो उन्होंने लोगों को जिहड़े वख-वख खेत्रां दे विच अच्छा काम करते हैं उन्होंने प्रमोट करते हैं ताकि अपने खेत्र चाहन, क्योंकि बहुत लंबे अरसे तो पंजाब का नौजवान जिहड़ा वह पॉलिटिक्स नूं पसंद नहीं कर रहा है, पॉलिटिक्स नूं छड्ड रहा है, रुझान सारा वह जिहड़ा हैगा उहदा रुझान पैदा करांगे, उन्हां च इंट्रस्ट पैदा करांगे, पैदा करके ताकि पार्टी चाहन आके संगठन चाहन, संगठन च आके पार्टी दी काम करन, फिर MLA बन बन के सरकार चलाउण, सरकार चला के आ जिहड़ियां गल्लां ने सारियां, पंजाब कोल बहुत पैसा गया, पंजाब कोल बहुत रेवेन्यू आ, बहुत रेवेन्यू आ पंजाब कोल, सिर्फ वो रेवेन्यू लुट्टिया जा रहा, उन्हों मतलब के रेवेन्यू खराब किया जा रहा, वो सारा ठीक करके मैं कहना पंजाब देखो तुसीं किदां दा सोहना पंजाब बनूगा। चलो ये मानते हैं कि तुसीं एक नवीं गल करोगे, नवा मॉडल पेश करोगे, नौजवानों नूं अगे करोगे, पर पिछले दिन ही अंदोलन जां सिट जां धार्मिक खेत्र ते जां किसानी खेत्र ते एक वड्डा वोट बैंक पंजाब दी राजनीति नूं प्रभावित करता है, वह किसी मुद्दे करके कुछ जिहड़ी परिवारवाद च चलिया आ रही पार्टियां मन्निया जा रहा कि वह किसी ने किते उन्हां तों रोस है उन्हां पार्टियां दा, एक नवा नुकता अपनाया गया कि दलित CM जां दलित डिप्टी CM, मेरे सामने आम आदमी पार्टी ने भी ऐलानिया कि साडा भी CM जां डिप्टी CM ये आएगा, तो की तुसीं समझदे होगे ऐतकी इस खेत्र दे विच भी जिवें तुसीं नौजवानों के वर्ग में एक विशेष स्थान दे रहे हो कि ऐतकी दलितां दे आगुआं नूं विशेष स्थान मिलू। देखो हुण तक चाहे वह बादल परिवार है, चाहे वह कैप्टन परिवार है, चाहे कांग्रेस पार्टी, चाहे अकाली दल जी, तिना पार्टियां ने पंजाब के दलतों को बहुत बुरी तरह निराश किया, बहुत बुरी तरह लताड़िया, पंजाब के दलतों के वोटा लैके जिहड़ा कि बहुत बड़ा हिस्सा गा, लगभग 35% तो उपर जी वसो आ पंजाब में दलतों की आ, हिस्सा लैके ना उन्होंने हिस्से की पढ़ाई दिती, ना उन्होंने हिस्से की दवाई दिती, ना उन्हें ना उन्होंने हिस्से की जी जमीन दिती, ना उन्होंने हिस्से की जो काम कर दिता, ना उन्होंने हिस्से की डिवेलपमेंट दिती, ना उन्होंने हिस्से की रिजर्वेशन मिली, अजू अज सारा वर्ग निराशता निराशता के माहौल के आम आदमी पार्टी बाबा साहब भीम राव अंबेडकर जी द्वारा रचित संविधान को इन बिन लागू करूगी, संविधान की हर एक तारा जिहड़ी आ जिस तरह संविधान लिखिया गया वो लागू करांगे, जिन्नियां बनदियां सहूलतां ने पंजाब दलतों को देवांगे। और रही गल अनाउंसमेंट की जिहड़ी आ, इहनां हुण क्यों याद आया गा, हुण क्यों याद आया गया, हुण बादलां नूं कैप्टन नूं या BJP नूं क्यों याद आया, क्योंकि इन्हां दी सियासी जमान जिहड़ी जमीन आ पंजाब विचों वह खिसक चुकी आ। आम आदमी पार्टी ने तां 2017 दे विच ऐलान कीता सीगा कि जेकर सरकार बनदी है तां डिप्टी CM जिहड़ा होगा वह दलित होगा, और दूजी वड्डी गल है कि इस समय भी जिहड़ा आम आदमी पार्टी का पंजाब विच विरोधी दल दा नेता तुहाडे सामने बैठा, मैं भी एक दलित परिवार चों आउंदा हां, सो मैं कहना कि आम आदमी पार्टी ते बड़े अच्छे मौके हरेक वर्ग नूं दिंदी आ, यानी CM बन डिप्टी CM बन लिए, चाहे दल चाहे नहीं नहीं चाहे दलित की गल आ, चाहे व्यापारियों की गल आ, चाहे किसी होर कम्यूनिटी की गल आ, चाहे किसान की गल आ, चाहे मुलाजम की गल आ, आम आदमी पार्टी सारे वर्गों को एक बड़ी अच्छी जिहड़ी आ प्रतिनिधता उह सरकार च देगी। चलो कहण दा मतलब भी तुसीं डिप्टी CM ते कृता रखोगे, नहीं अजे साडी पार्टी जिहड़ी आ साडी पार्टी जो पंजाब की कार्यकारिणी बैठेगी, साडी PAC बैठेगी, उस तो बाद डिसाइड करांगे कि किहड़ा की अनाउंसमेंटा किस तरह का जिहड़ा हैगा साडा मैनीफेस्टो होगा, किहड़ियां जां सियासी समीकरण की होंगे हजे उस ते विचार करन तो बाद इस गल ते बारे विचार करन तो बाद इस ते। अच्छा हुण गल इह आ रही जिहड़े श्रोमणी प्रबंधक कमेटी जिहड़ी अपनी मोहरी संस्था है सिखां दी धार्मिक संस्था है, उन्हां दे कुछ आगुआं ने यह गल कीती है कि जिहड़ी चौथी सीट कांग्रेस पार्टी ने ऐलान दित्ती भी बनाई जाए जल्दी ते इलैक्शनां तों पहलां पहलां असीं इहदा फैसला लवांगे ते दोषियों नूं सज़ा देवांगे, पर वो जिहड़े धार्मिक जिहड़ी संस्था नूं रीप्रजेंट करन वाले आगू ने वो कहिंदे भी चौथी सीट सिख कौम नूं नकार देनी चाहीदी है। देखो
सिट पहली बनी, दूजी बनी, तीजी बनी, चौथी बनी, लगातार सिटा मार दी ने, किसी सिटे ते पहुंचिया कोई दोषी जेल से लै गया, किसी दोषी को सज़ा हुई आ। ये सानू चाहिए कि सानू पोलीटिकल जिहड़ा हैगा पोलीटिकल हुक्का देना चाहिए कि पंजाब विचों बादलों नू शेक दिओ, पंजाब विचों कैप्टन नू शेक दिओ, पंजाब विचों कांग्रेस पार्टी का सफाया कर दो, पंजाब विचों अकाली दल का सफाया कर दो, पंजाब विचों बीजेपी का सफाया कर दो, क्योंकि तिने पार्टियां जिम्मेवार नेगियां। जेकर साडी सरकार रही होंदी मैं तुहानू अपने बारे बिल्कुल दसदा, यह तिने पार्टियां बिल्कुल दोषी नेगियां। इन्हां दा पंजाब विचों मैं समझदा बाइकट होना चाहिए, पंजाब विचों शोषी तौर पर जो बाहर करना चाहिए, क्योंकि इन्होंने पंजाबियों के जज्बातों नाल खिलवाड़ किया गा, पंजाब नाल खिलवाड़ किया गा, पूरी पंजाबी कौम के खिलवाड़ किया गया, पूरे पंजाब लुटिया गया। इन्होंने घर की आमदन तो 5000 गुणा बढ़ती है हर एक साल, तो आम घर जिहड़ा हैगा आम घर का कोई नौजवान जेकर बीमार हो जाए तो उसके कोल पैरासीटा मिल की गोली लैन जोगे पैसे है नहीं। मैं पिंड जाके देखे, तुम जाके देखो किवें अखां तरसदियां ने पंजाब के लोगों दी, किवें तुहानू देखते हैं कि भी सानू कोई देण आया होगा। अज्ज हालात किने बनाए नेगे, इन्हां तिना पार्टियां ने बनाए नेगे, 70 सालों तो राज कर रही नेगियां, 70 सालों तो रूल कर रही नेगियां, रूल करके इन्हां ने दिता की है पंजाब नू। चलो हुण गल इह सीगी, गल तां सिट ते चल रही सी कि सिट दी जिहड़ी रिपोर्ट है उहदे करके ਉਹ ਲੋਕਾਂ ਦੇ ਜਿਹੜੇ ਸਿੱਖ ਕੌਮ ਨੂੰ ਨਾਨਕਲੀਵਾ ਬੰਦੇ ਨੇ ਜਾਂ ਪੰਜਾਬ ਦੇ ਖਾਸ ਸਿੱਖ ਕੌਮ ਨਾਲ ਜੁੜੇ ਹੋਏ ਬੰਦੇ ਨੇ ਉਹਨਾਂ ਦਾ ਕਹਿਣਾ ਉਹ ਇਹਨਾਂ ਤੋਂ ਇਸ ਫੈਸਲੇ ਤੋਂ ਖੁਸ਼ ਨਹੀਂ ਹੈ। ਅਤੇ ਚੌਥੀ ਸਿੱਟ ਫਿਰ ਐਲਾਨ ਦਿੱਤੀ ਗਈ ਹੈ ਸਰਕਾਰ ਨੇ, ਪਰ ਤੁਸੀਂ ਇਹਨੂੰ ਕੋਈ ਸਮਝੋ ਵੀ ਪਹਿਲਾਂ ਤਾਂ ਇਹ ਦੱਸੋ ਕਿ ਇਹ ਠੀਕ ਹੈ ਜਾਂ ਇਹਦੇ ਪ੍ਰਤੀ ਕੀ ਹੋਣਾ ਚਾਹੀਦਾ। ਦੂਸਰਾ ਇਹ ਕਿ ਮੰਨਿਆ ਜਾ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਆਉਂਦੀ 2022 ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵੱਡੀ ਧਿਰ ਬਣ ਕੇ ਉੱਭਰੇ, ਉਹਦੇ ਵਿੱਚ ਜੇ ਤੁਹਾਡੀ ਸਰਕਾਰ ਬਣਦੀ ਹੈ ਤਾਂ ਇਹ ਸਿੱਟ ਦੇ ਸੰਬੰਧੀ ਤੁਹਾਡਾ ਕੀ ਰਵੱਈਆ ਰਹੂਗਾ, ਜਾਂ ਤੁਸੀਂ ਇਹਨੂੰ ਕਿਸ ਢੰਗ ਨਾਲ ਦੇਖੋਗੇ, ਕਿਸ ਤਰ੍ਹਾਂ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰੋਗੇ? ਦੇਖੋ ਜਦੋਂ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣਾਉਂਦੀ, ਸਭ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਜਿਨ੍ਹਾਂ ਲੋਕਾਂ ਨੇ 2 ਨੌਜਵਾਨ ਸ਼ਹੀਦ ਕੀਤੇ, ਸਭ ਤੋਂ ਪਹਿਲਾਂ ਫੜ ਕੇ ਜੇਲ੍ਹਾਂ 'ਚ ਉਹਨਾਂ ਨੂੰ ਟੱਕਾਂਗੇ, ਔਰ ਨਾਲ ਦੀ ਨਾਲ ਜਿਹੜੇ ਅੱਜ ਬਚਾ ਰਹੇ ਨੇਗੇ, ਜਿਹੜੇ ਅੱਜ ਸੱਤਾ 'ਚ ਬੈਠੇ ਨੇਗੇ, ਜਿਹੜੇ ਅੱਜ ਇੰਜੋਏ ਕਰ ਰਹੇ ਨੇਗੇ, ਜਿਨ੍ਹਾਂ ਨੇ ਸਾਡੇ ਗੁਰੂ ਦਾ ਨਾਂ 'ਤੇ ਵੋਟਾਂ ਲੈ ਕੇ ਗੁਟਕਾ ਸਾਹਿਬ ਦੀ ਝੂਠੀ ਸੌਂ ਖਾਧੀ, ਨਾਲ ਉਹਨਾਂ ਨੂੰ ਜੇਲ੍ਹਾਂ 'ਚ ਭੇਜਿਆ, ਕਿਉਂਕਿ ਦੋਸ਼ੀ ਉਨਾ ਹੀ ਬਰਾਬਰ ਹੁੰਦਾ ਜਿਹੜਾ ਦੋਸ਼ੀ ਹੋਵੇ, ਜਿਹੜਾ ਦੋਸ਼ੀ ਨੂੰ ਬਚਾ ਰਿਹਾ ਹੋਵੇ ਉਹ ਵੀ ਉਨਾ ਹੀ ਜਿਹੜਾ ਗੁਨਾਹਗਾਰ ਹੁੰਦਾ ਗਾ। ਸੋ ਸਭ ਨੂੰ ਜੇਲ੍ਹਾਂ 'ਚ ਰੱਖਾਂਗੇ, ਔਰ ਬੜੀ ਆਉਣ ਸਾਰ ਆਮ ਆਦਮੀ ਪਾਰਟੀ ਜਿਹੜੀ ਆ ਤੇਜ਼ੀ ਨਾਲ ਜਿਹੜੀ ਆ ਕਾਨੂੰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਕੇ ਸਪੈਸ਼ਲ ਕੋਰਟਾਂ ਬਣਾ ਕੇ, ਸਪੈਸ਼ਲ ਕੋਰਟਾਂ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ, ਔਰ ਪੰਜਾਬ ਦੇ ਲੋਕਾਂ ਨਾਲ ਇਨਸਾਫ ਕਰਾਂਗੇ। ਪੰਜਾਬ ਦੀ ਆਮ ਆਦਮੀ ਪਾਰਟੀ ਬਿਲਕੁਲ ਸਰਿਆਮ ਇਸ ਗੱਲ 'ਤੇ ਐਲਾਨ ਕਰਦੀ ਹੈ। ਇਹ ਸਨ ਸਰਦਾਰ ਹਰਪਾਲ ਸਿੰਘ ਚੀਮਾ ਜੀ, ਆਮ ਆਦਮੀ ਪਾਰਟੀ ਤੋਂ। ਬੜੇ ਠੋਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਵੱਡੀ ਧਿਰ ਬਣ ਕੇ ਉੱਭਰਦੀ ਹੈ ਅਤੇ ਜੇ ਸਰਕਾਰ ਬਣਾਉਂਦੀ ਹੈ ਤਾਂ ਜਿਹੜੀਆਂ ਇਸ ਸਿੱਟ ਦੇ ਖਾਰਜ ਹੋਣ ਨਾਲ ਸਿੱਖ ਕੌਮ ਦੀਆਂ ਸੰਵੇਦਨਾਵਾਂ ਨੂੰ ਠੇਸ ਪਹੁੰਚੀ ਹੈ, ਦੋ ਸਿਆਸੀ ਪਰਿਵਾਰਾਂ ਦੀ ਪ੍ਰਭਾਵ ਇਸ ਨੂੰ ਪ੍ਰਭਾਵਿਤ ਕਰਨ ਨਾਲ ਉਸ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਡੱਕਿਆ ਜਾਊਗਾ ਜੇਲ੍ਹਾਂ ਦੇ ਵਿੱਚ, ਸ਼ਰੇਆਮ ਇਹਨਾਂ ਨੇ ਕਿਹਾ। ਦੂਸਰਾ ਇਹਨਾਂ ਨੇ ਕਿਹਾ ਕਿ ਨੌਜਵਾਨ ਵਰਗ ਨੂੰ, ਨੌਜਵਾਨ ਵਰਗ ਨੂੰ 70% ਪਹਿਲਾਂ ਇਹਨਾਂ ਨੇ ਪੈਰਵੀ ਦਿੱਤੀ ਹੈ ਅਤੇ ਐਤਕੀ ਵੀ ਇੰਨੀ ਕੀ ਪੈਰਵੀ ਤਾਂ ਰਹੇਗੀ। ਬਿਲਕੁਲ। ਦਲਿਤ ਵਰਗ, ਅੰਬੇਡਕਰ ਸਾਹਿਬ ਦੇ ਲਿਖੇ ਹੋਏ ਕਾਨੂੰਨ ਉਹਨਾਂ ਦੇ ਹਿਸਾਬ ਨਾਲ, ਜਿੰਨੀਆਂ ਵੀ ਇਹਦੀਆਂ ਹਦਾਇਤਾਂ ਨੇ ਉਹਦੇ ਹਿਸਾਬ ਨਾਲ ਦਲਿਤਾਂ ਨੂੰ ਵੀ ਉਹ ਦਿੱਤੀ ਜਾਊਗੀ। ਪਰ ਇੱਥੇ ਇੱਕ ਚੀਜ਼ ਤੋਂ ਥੋੜ੍ਹਾ ਜਿਹਾ ਪਾਸੇ ਹੋ ਗਏ ਨੇ, ਉਹ ਡਿਪਟੀ ਸੀਐਮ, ਡਿਪਟੀ ਸੀਐਮ ਜਾਂ ਸੀਐਮ 2017 ਦੇ ਵਿੱਚ ਤਾਂ ਇਹ ਕਹਿੰਦੇ ਅਸੀਂ ਐਲਾਨਿਆ ਸੀਗਾ, ਪਰ ਹੁਣ ਹਜੇ ਜਿਹੜਾ ਇਹਦਾ ਫੈਸਲਾ ਕਰਨਾ ਉਹ ਫੈਸਲਾ ਇਹਨਾਂ ਦੀ ਜਿਹੜੀ ਚੋਣ ਕਮੇਟੀ ਹੈ ਜਾਂ ਚੋਣ ਮਨੋਰਥ ਦੇ ਵਿੱਚ ਕੀ ਹੋਊਗਾ ਉਹ ਤੋਂ ਬਾਅਦ ਕਰਾਂਗੇ। ਚਲੋ ਫਿਰ ਅਸੀਂ ਪੰਜਾਬ ਦੇ ਵਿੱਚ ਪੱਖੀ ਹੋਈ ਸਿਆਸਤ ਲਈ, ਸਿਆਸਤ ਨੂੰ ਸਮਝਦੇ ਹੋਏ ਸਿਆਸੀ ਧਿਰਾਂ ਦੇ ਆਗੂਆਂ ਨੂੰ ਲੈ ਕੇ ਫਿਰ ਮਿਲਦੇ ਹਾਂ। ਦੇਖਦੇ ਰਹੋ ਲਗਾਤਾਰ ਸਕਾਈ ਨਿਊਜ਼ ਪੰਜਾਬ।